inspire punjab tv ਤੇ ਤੁਹਾਡਾ ਸਭ ਦਾ ਸਵਾਗਤ ਹੈ ਸੁਖਦੇਵ ਸਿੰਘ ਜਰਮਨੀ ਜੋ ਕਿ ਮਗਦੇ ਬੋਲ ਪ੍ਰੋਗਰਾਮ ਕਰਦੇ ਨੇ ਇਹਨਾਂ ਦਾ ਅਪਗ੍ਰੇਡ ਤੇ ਨਾਲ ਕਾਫੀ ਜਿਆਦਾ ਵਿਵਾਦ ਚੱਲਦਾ ਰਹਿੰਦਾ ਹੈ ਹੁਣ ਇੱਕ ਓੰਕਾਰ ਤੇ ਏਕ ਨੂੰ ਲੈ ਕੇ ਇਹਨਾਂ ਦਾ ਵਿਵਾਦ ਚੱਲ ਰਿਹਾ ਹੈ ਜਿਸ ਦੇ ਦੋ ਪੱਖ ਨੇ ਆਪਾਂ ਉਹ ਦੋਨੋਂ ਪੱਖ ਇਸ ਵੀਡੀਓ ਵਿੱਚ ਵੇਖਣੇ ਨੇ ਪਹਿਲਾ ਪੱਖ ਹੈ ਨਵੀ ਕੌਰ ਜੋ ਕਿ ਪ੍ਰੋਫੈਸਰ ਇੰਦਰ ਸਿੰਘ ਗਾ ਉਹਨਾਂ ਦੀ ਬੇਟੀ ਨੇ ਉਹਨਾਂ ਵੱਲੋਂ ਫੇਸਬੁੱਕ ਉੱਪਰ ਇੱਕ ਪੋਸਟ ਪਾਈ ਐ ਸੁਖਦੇਵ ਸਿੰਘ ਜਰਮਨੀ ਲਈ ਆਓ ਪੜ੍ਹਦੇ ਹਾਂ ਉਹ ਪੋਸਟ ਵਿੱਚ ਕੀ ਲਿਖਦੇ ਨੇ ਸੁਖਦੇਵ ਸਿੰਘ ਜਰਮਨੀ ਇੱਕੋ ਦੀ ਵਿਆਖਿਆ ਯੂਨੀਵਰਸਿਟੀ ਦੀ ਡਿਗਰੀਆਂ ਨਾਲ ਨਹੀਂ ਹੁੰਦੀ ਕਦੋਂ ਦਾ ਰੌਲਾ ਪਾਇਆ ਸੀ ਕਿ 15 ਸਾਲ ਪਹਿਲਾਂ ਬਾਪੂ ਜੀ ਨੇ ਆਪਣੀ ਕਿਤਾਬ ਪ੍ਰਾਣਿਕ ਕਥਾਵਾਂ ਦਾ ਅੰਤ ਦੇ ਮੁੱਖ ਪੰਨੇ ਤੇ ਪੁਰਾਣੀਆਂ ਵੇਲਾ ਵਹਾ ਚੁੱਕੀਆਂ ਕਹਾਣੀਆਂ ਦੇ ਪਾਤਰਾਂ ਦੇ ਸੀਨੇ 'ਚ ਕਿਰਪਾਨ ਰੂਪੀ ਇੱਕੋ ਕਿਉਂ ਖੋਭਿਆ ਤੇ ਉਸ ਕਿਤਾਬ ਵਿੱਚ ਓਂਕਾਰ ਤੇ ਉਂਗਲ ਕਿਉਂ ਚੁੱਕੀ ਚਲੋ ਮੰਨਿਆ ਕਿ ਸੰਪਰਦਾਇਤਾ ਸਵਾਲ ਕਰਨ ਪਰ ਆ ਪੜਿਆ ਲਿਖਿਆ ਡਿਗਰੀਆਂ ਵਾਲਾ ਲਾਣਾ ਵੀ ਦੋ ਬੋਲ ਮੋਹ ਨਹੀਂ ਕੱਢਣ ਦਿੰਦਾ ਭਾਈ ਜੇ ਪਹਿਲਾਂ ਤੁਹਾਨੂੰ ਕਿਸੇ ਨਾਲ ਫਰਕ ਨਹੀਂ ਪਿਆ ਤਾਂ ਸਾਡੇ ਲਿਖੇ ਬੋਲੇ ਬੋਲੇ ਦਾ ਇੰਨਾ ਸਿਆਪਾ ਕਿਉਂ ਵੈਸੇ ਤਾਂ ਸਤਨਾਮ ਸਿੰਘ ਬਾਈ ਜੀ ਵੱਟ ਕੱਢੀ ਜਾ ਰਿਹਾ ਪਰ ਰੈਂਦੀ ਕਸਰਕ ਗਾਜੀ ਵੀ ਕੱਢ ਦੇਣਗੇ ਇੱਥੇ ਜੋ ਕਿ ਸਤਨਾਮ ਸਿੰਘ ਨਾਮ ਲਿਆ ਇਹ ਇਹਨਾਂ ਨੇ ਸਤਨਾਮ ਸਿੰਘ ਮੌਂਟਰੀਅਲ ਦਾ ਨਾਮ ਲਿਆ ਹੋ ਸਕਦਾ ਹੈ ਇਹਦੇ ਰਾਹੀਂ ਸਾਹਿਬ ਸਿੰਘ ਦੀ ਵਿਆਕਰਨ ਤੇ ਖੜਨ ਵਾਲਿਆਂ ਨੂੰ ਥੋੜੀ ਅਗਾਗਾਦ ਬੋਧ ਦੀ ਸੋਜੀ ਹੋ ਜਾਵੇ ਨਵਦੀਪ ਕੌਰ ਇਸੇ ਦਾ ਹੀ ਰਿਪਲਾਈ ਕਰਦੇ ਆ ਸੁਖਦੇਵ ਸਿੰਘ ਜਰਮਨੀ ਨੇ ਵੀ ਪੋਸਟ ਪਾਈ ਹੈ ਉਹ ਕਹਿੰਦੇ ਕਿ ਇੰਦਰ ਸਿੰਘ ਘੱਗਾ ਜੀ ਨੇ ਕੱਲ 4 April 2022 ਨੂੰ ਮੇਰੇ ਬਾਰੇ ਇੱਕ ਵੀਡੀਓ ਜਾਰੀ ਕੀਤੀ ਸੀ ਉਸ ਵੀਡੀਓ ਵਿੱਚ ਇੱਕ ਗਾਜੀ ਨੇ ਮੇਰੇ ਤੇ ਇਲਜ਼ਾਮ ਲਾਇਆ ਸੀ ਕਿ ਮੈਂ ਆਪਣੇ ਇੱਕ ਪ੍ਰੋਗਰਾਮ ਵਿੱਚ ਉਹਨਾਂ ਦੇ ਅਣਪੜ੍ਹ ਹੋਣ ਦਾ ਤੇ ਉਹਨਾਂ ਦੇ ਪ੍ਰੋਫੈਸਰ ਬਾਰੇ ਲਗਭਗ ਦਾ ਮਜ਼ਾਕ ਉਡਾਇਆ ਹੈ ਅਤੇ ਬਹੁਤ ਕੌੜੇ ਲਫ਼ਜ਼ ਵਰਤ ਕੇ ਉਹਨਾਂ ਨੂੰ અપਮਾਨਿਤ ਕੀਤਾ ਹੈ ਜਦ ਮੈਂ ਕੱਗਾ ਜੀ ਨੂੰ ਕਾਲ ਕਰਕੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਮੈਂ ਤੁਹਾਡਾ ਪ੍ਰੋਗਰਾਮ ਖੁਦ ਨਹੀਂ ਸੁਣਿਆ ਬਲਕਿ ਅਪਗ੍ਰੇਡਾਂ ਵੱਲੋਂ ਮਿਲੀ ਗਲਤ ਜਾਣਕਾਰੀ ਦੇ ਆਧਾਰ 'ਤੇ ਵੀਡੀਓ ਬਣਾ ਦਿੱਤੀ ਹੈ ਕੱਗਾ ਜੀ ਨੇ ਆਪਣੀ ਇਸ ਗਲਤੀ ਨੂੰ ਸਵੀਕਾਰ ਵੀ ਕੀਤਾ ਹੈ ਜਿਸ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ ਅਪਗ੍ਰੇਡਾਂ ਨੂੰ ਖਾਸ ਕਰ ਬੀਬਾ ਨਵਦੀਪ ਕੌਰ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਗਲਤ ਜਾਣਕਾਰੀ ਰਾਹੀਂ ਬਜ਼ੁਰਗਾਂ ਕੋਲੋਂ ਵੀਡੀਓ ਬਣਵਾ ਕੇ ਉਹਨਾਂ ਨੂੰ ਮਜ਼ਾਕ ਦੇ ਪਾਤਰ ਨਾ ਬਣਾਓ ਇਸ ਤਰ੍ਹਾਂ ਦਾ ਪ੍ਰਾਪੇਗੰਡਾ ਕਰਨ ਦੀ ਬਜਾਏ ਦਲੇਰ ਨਾਲ ਮੇਰੇ ਸਵਾਲਾਂ ਦੇ ਜਵਾਬ ਦਿਓ ਕਮੈਂਟ ਕਰਨ ਵਾਲੇ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਗਲਤ ਅਲਫਾਜ਼ ਨਾ ਵਰਤਿਓ ਸੁਖਦੇਵ ਸਿੰਘ ਜਰਮਨੀ ਹੁਣ ਤੁਹਾਡੇ ਇਹਨਾਂ ਦੋਹਾਂ ਪੋਸਟਾਂ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਜੀ ਤਾਂ